ਦਾ ਨਾਂ ਲੈਣਾ ਵੀ ਬੰਦ ਸੁਭਾਨ ਅੱਲਾਹ ਤਜੋ ਮੇਰਾ ਕਰੇ ਮੌਲਾ ਅਲੀ ਮੌਲਾ ਅਲੀ ਘਰ ਹੈ ਤੇ ਖਾਨ ਵਿੱਚ ਖੜਕਾਇਆ ਦਰਵਾਜ਼ਾ ਅੰਦਰ ਇਮਾਮੇ ਹੁਸੈਨ ਸਾਹਿਬ ਸੁਭਾਨ ਅੱਲਾਹ ਇਮਾਮੇ ਹੁਸੈਨ ਨੇ ਜਦੋਂ ਤੱਕਿਆ ਨਾ ਤੇ ਆਪ ਨੇ ਮੌਲਾ ਅਲੀ ਪਾਕ ਨੇ ਫਰਮਾਇਆ ਉਹ ਪੁੱਤਰ ਹੁਸੈਨ ਅੰਮਾ ਕਿੱਥੇ ਕਿਆ ਜੀ ਨਾਨੇ ਦੇ ਘਰ ਕਿਆ ਫੀਜ਼ਾ ਲੋਂਡੀ ਕਿੱਥੇ ਜੀ ਉਹ ਵੀ ਨਾਨੇ ਦੇ ਘਰ ਕਿਆ ਭਰਾ ਕਿੱਥੇ ਹਸਨ ਕਿਆ ਉਹ ਵੀ ਨਾਨੇ ਦੇ ਘਰ ਕਿਆ ਪੁੱਤਰਾ ਤੂੰ ਕੀ ਕਰਨਾ ਕਿਆ ਜੀ ਮੈਂ ਵੈਸੇ ਘਰ ਸਾਂ ਮੈਂ ਵੈਸੇ ਘਰ ਸਾਂ ਅੱਛਾ ਪੁੱਤਰ ਤੂੰ ਘਰ ਸਾਂ ਤੇਰਾ ਦਿਲ ਨਹੀਂ ਕੀਤਾ ਕਿਆ ਬਾਬਾ ਮੈਂ ਵੈਸੇ ਹੀ ਘਰ ਸਾਂ ਇੱਧਰ ਆ ਇਮਾਮੇ ਹੁਸੈਨ ਨੂੰ ਬੁਲਾਇਆ ਤੇ ਆਪਣੀ ਗੋਦੀ ਵਿੱਚ ਬਿਠਾਇਆ ਸੁਭਾਨ ਅੱਲਾਹ ਮੌਲਾ ਅਲੀ ਨੇ ਆਪਣੀ ਗੋਦੀ ਵਿੱਚ ਬਿਠਾ ਕੇ ਨਾ ਇਹਦੇ ਚਿਹਰਾ ਤੱਕਿਆ ਕਿਆ ਪੁੱਤਰਾ ਅੱਜ ਫਖਰ ਨਾ ਲੜਾਈਏ ਸੁਭਾਨ ਅੱਲਾਹ ਕਿਆ ਬਾਬਾ ਕਾਹਦਾ ਫਖਰ ਤੁਸੀਂ ਸ਼ੇਰੇ ਖੁਦਾ ਜੇ ਹੱਜ ਤਵਾ ਜੇ ਮੁਸ਼ਕਲ ਕੁਸ਼ਾ ਜੇ ਤੇ ਮੈਂ ਤੁਹਾਡਾ ਪੁੱਤਰ ਕਿਆ ਪੁੱਤਰਾ ਫਜ਼ੀਲਤ ਹੈ ਮੈਂ ਤੈਨੂੰ ਫਖਰ ਕਿਹਾ ਸੁਭਾਨ ਅੱਲਾਹ ਕਿਆ ਪੁੱਤਰਾ ਮੈਂ ਸ਼ੇਰੇ ਖੁਦਾ ਹੱਜ ਤਵਾ ਮੁਸ਼ਕਲ ਕੁਸ਼ਾ ਫਜ਼ੀਲਤ ਹੈ ਮੈਂ ਤੈਨੂੰ ਫਖਰ ਕਿਹਾ ਕਿਆ ਬਾਬਾ ਨਹੀਂ ਮੈਂ ਤੁਹਾਡਾ ਪੁੱਤਰ ਹਾਂ ਬਾਬਾ ਨਹੀਂ ਕਿਆ ਨਾ ਮੈਂ ਤੈਨੂੰ ਕਹਿੰਦਾ ਪੁੱਤਰਾ ਫਖਰ ਲੜਾਈ ਕਿਆ ਬਾਬਾ ਜੇ ਤੁਸੀਂ ਕਹਿੰਦੇ ਤਾਂ ਫਿਰ ਆ ਜਾਵਾਂ क्या बाबा मेरा नाना जो नबिया का ताजदार है क्या मेरे नाने वगरा नाना है क्या नहीं क्या बाबा दूसरा फखर पेश करो कर पुत्रा क्या अखी का अखी मेरा भरा जो जंगती नौजवाना का सरदार है क्या मेरे भरा वगरा भरा है पुत्रा नहीं क्या बाबा तीसरा फखर पेश करा क्या कर पुत्रा क्या अबू का अभी क्या मेरा बाप होई जिहड़ा बलिया का ताजदार है क्या मेरे बाप वगरा बाप है चौथा फखर पेश करा क्या पुत्र क्या पुत्रा बाबा बाबा मेरी मां हुई जिन्हें वेख के नबिया का ताजदार खड़ा हो जाता सी मेरी मां मेरी मां ਮਾਸ਼ਾਅੱਲਾ ਹੁਣ ਇਹ ਜੀ ਹੱਥ ਕਰਿਆ ਕਰਕੇ ਪੱਜ ਤੋਂ ਬਾਬਾ ਕਹਿਣਾ ਜਿੰਨਾ ਮੈਂ ਮੌਲਾ ਅੱਲਾ ਜਿੰਨਾ ਮੈਂ
ਇੰਨਾ ਜੋਸ਼ ਮਨ ਪੂਰੀ ਤਕਰੀਰ ਨਾਲ ਜਾਣ ਦਾ ਦਿੱਕਤ ਹੁੰਦਾ ਤੋ ਜੋ ਹੈ ਮੇਰੇ ਆ ਕਿਉਂਕਿ ਟਾਈਮ ਬਹੁਤ ਹੋ ਗਿਆ ਇੰਨਾ ਉਹਨਾਂ ਨੂੰ ਕਰਨਾ ਚਾਹੀਦਾ ਬੰਦਾ ਦੁਬਾਰਾ ਵੀ ਯਾਦ ਕਰ ਲਵੇ ਗੱਲ ਇੰਨਾ ਹੀ ਨਾ ਸੁਣਾ ਦੇ ਬਾਜੇ ਬਾਜੇ ਕੰਨ ਕਈ ਮੌਲੀ ਸਾਹਿਬ ਆਇਆ ਤਾਂ ਉਹ ਮੈਂ ਚੰਗਾ ਠੀਕ ਹੈ ਜੀ ਉਹਨਾਂ ਛੱਡਦਾ ਹੀ ਨਹੀਂ ਸਨ ਜੋ ਪੜਿਆ ਮੌਲੀ ਸਾਹਿਬ ਪੱਕੇ ਸਨ ਜੀ ਉਹਨਾਂ ਨੂੰ ਛੱਡਿਆ ਹੀ ਨਹੀਂ ਉਹਨਾਂ ਦੇ ਪੜ੍ਹਦੇ ਜ਼ਰੂਰ ਤੋੜ ਕੇ ਕੀ ਖਿਆਲ ਹੈ ਉਹਨਾਂ ਨੂੰ ਸੁਣਾਉਣਾ ਚਾਹੀਦਾ ਜਿਹਦਾ ਬੰਦਾ ਦੁਬਾਰਾ ਯਾਦ ਕਰਨ ਯੋਗ ਕਰ ਰਿਹਾ ਹੁਣ ਥੱਕੇ ਤੇ ਨਹੀਂ ਥੱਕੇ ਤੇ ਜਿਹੜੇ ਕਹਿੰਦੇ ਅਗਲੀ ਗੱਲ ਕਰੀਓ ਬੋਲੋ ਸੁਭਾਨ ਮੌਲਾ ਦੀ ਪਾ ਦੇ ਬੋਲ ਕਰ ਲਈ ਗੱਲ ਇੱਕੋ ਸੁਭਾਨ ਕਿਆ ਤੁਸੀਂ ਢਿੱਲੀ ਢਾਲ ਨਹੀਂ ਤੁਹਾਡਾ ਦੇਹ ਨਿਕਲ ਛੱਡ ਦੇਗਾ ਤੁਸੀਂ ਨਹੀਂ ਬੋਲਣਾ ਸਟੇਜ ਤੇ ਬੈਠੇ ਹੋ ਇਹਨਾਂ ਨੂੰ ਮੈਂ ਵੇਖਣਾ ਤੁਸੀਂ ਮਾਸ਼ਾਅੱਲਾ ਬੜੀ ਮੁਹੱਬਤ ਦਾ ਇਜ਼ਹਾਰ ਕਰ ਰਹੇ ਹੋ ਮਾਸ਼ਾਅੱਲਾ ਬੋਲ ਵੀ ਰਹੇ ਹੋ ਮੈਂ ਇਹਨਾਂ ਨੂੰ ਵੇਖਾਂ ਜਿਹੜੇ ਕਹਿੰਦੇ ਭਾਈ ਕਹਿੰਦੇ ਛੱਡ ਦੇ ਨਹੀਂ ਛੱਡ ਦੇ ਨਹੀਂ ਜੇ ਕਹਿੰਦੇ ਛੱਡ ਦੇ ਪਿਛਲੇ ਬੰਦੇ ਕਹਿੰਦੇ ਛੱਡ ਤੁਸੀਂ ਕਹਿੰਦੇ ਹੋ ਕੱਲ ਪਿਛਲੇ ਕਹਿੰਦੇ ਛੱਡ ਦੇ ਪਰ ਪਿਛਲੇ ਵਾਲੇ ਹੱਥ ਚੁੱਕ ਕੇ ਕਹਿਣ ਤੇ ਫਿਰ ਮੈਂ ਗੱਲ ਕਰਨੀ ਹੈ ਜਿਹੜੇ ਕਹਿੰਦੇ ਜਾਰੀ ਰੱਖਿਓ ਹੱਥ ਚੁੱਕ ਕੇ ਬੋਲੋ ਸੁਭਾਨ ਅੱਲਾਹ ਮੌਲਾਲੀ ਪਾਕ ਦਾ ਸਾਹਬਾ ਇਕਰਾਮ ਮੇਰੇ ਮੁਸਤਫਾ ਅਲੀ ਪਾਕ ਦੇ ਨਾਲ ਤੇ ਜਾਂਦਿਆਂ ਜਾਂਦਿਆਂ ਅਲੀ ਪਾਕ ਨੂੰ ਕਹਿਣ ਗਏ ਪਾਣੀ ਖਤਮ ਹੋ ਗਿਆ ਵੇਖੋ ਤੈਮਾ ਦੇ ਥੱਲੇ ਦੀ ਵੀ ਖਬਰ ਆਈ ਉਹ ਮੌਲਾ ਅਲੀ ਅਲੀ ਪਾਣੀ ਖਤਮ ਹੋ ਗਿਆ ਕਿਹਾ ਪਾਣੀ ਖਤਮ ਹੋ ਗਿਆ ਕਿਹਾ ਹਾਂ ਕਿਹਾ ਅੱਗੇ ਚੱਲੋ ਅੱਗੇ ਚੱਲੋ ਅਗਾਂਹ ਗਏ ਚੱਲਦਿਆਂ 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 ਗਿਰਜਾ ਸੀ ਸਾਈਆਂ ਦਾ ਉਹਦੀ ਦੀਵਾਰ ਦੇ ਨਾਲ ਅਲੀ ਪਾਕ ਨੇ ਫਰਮਾਇਆ ਇੱਥੋਂ ਗੜਾ ਖੋਦੋ ਪਾਣੀ ਮਿਲ ਜਾਏਗਾ ਅਲੀ ਇੱਥੋਂ ਮਿਲੇਗਾ ਕਿਹਾ ਹਾਂ ਤਜੋ ਮੇਰਾ ਗਿਰਜਾ ਇੱਥੋਂ ਮਿਲੇਗਾ ਕਿਹਾ ਹਾਂ ਸਾਹਬਾ ਇਕਰਾਮ ਜ਼ੋਰ ਲਾ ਕਰਦਿਆਂ 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 ਜਦੋਂ ਪਾਣੀ ਨਿਕਲਣ ਦੇ ਕਰੀਬ ਆਇਆ ਉੱਤੇ ਬੜਾ ਵੱਡਾ ਪੱਥਰ ਹੈ ਤਵੱਜੋ ਮਿਲ ਕਰੀ ਜਦੋਂ ਪੱਥਰ ਨੂੰ ਜਾ ਕੇ ਜੀ ਅਲੀ ਪੱਥਰ ਆ ਗਿਆ ਹੁਣ ਹਟਦਾ ਨਹੀਂ ਅਲੀ ਪਾਕ ਨੇ ਫਰਮਾਇਆ ਜਾ ਕੇ ਜ਼ੋਰ ਲਾਓ ਸਾਰੇ ਸਹਾਬਾ ਜ਼ੋਰ ਲਾਉਂਦੇ ਪੱਥਰ ਨਾ ਹਟਿਆ ਹੁਣ ਸ਼ੇਰੇ ਖੁਦਾ ਨੂੰ ਜਾ ਕੇ ਕਿਹਾ ਸ਼ੇਰੇ ਖੁਦਾ ਵੇ ਤੂੰ ਅਲੀ ਹਟਦਾ ਨਹੀਂ ਮੌਲਾ ਅਲੀ ਪਾਕ ਨੇ ਫਰਮਾਇਆ ਅੱਛਾ ਚੱਲੋ ਫਿਰ ਜਦੋਂ ਅਲੀ ਪਾਕ ਹੁਣ ਸੀਨਾ ਠਰੇ ਤਾਂ ਸੁਭਾਨ ਅੱਲਾਹ ਮੌਲਾ ਅਲੀ ਪਾਕ ਨੇ ਇੱਕ ਹੱਥ ਨਾਲ ਇੰਜ ਫੜਿਆ ਮੈਂ ਕਿਹਾ ਮੇਰਾ ਯਕੀਨ ਤੇ ਇਮਾਨ ਹੈ ਫਿਆਜ਼ ਭਾਈ ਮੇਰਾ ਯਕੀਨ ਤੇ ਇਮਾਨ ਹੈ ਪੱਥਰ ਵੀ ਕਹਿੰਦਾ ਹੋਵੇਗਾ ਜੀ ਪਤਾ ਕਿਉਂ ਨਹੀਂ ਹਟਿਆ ਮੈਂ ਕਹਿੰਦਾ ਮੈਂ ਇਸ ਗੱਲੋਂ ਨਹੀਂ ਹਟਿਆ ਕਿਦੋਂ ਅਲੀ ਆਵੇ ਤੇ ਹੱਥ ਲਾਵੇ ਤੇ ਮੇਰਾ ਵੀ ਜ਼ਿਕਰ ਹੋਵੇ ਕਿਦੋਂ ਆਵੇ ਹੱਥ ਲਾਵੇ ਤੇ ਮੇਰਾ ਵੀ ਜ਼ਿਕਰ ਹੋਵੇ ਜਦੋਂ ਪੱਥਰ ਸਾਈਡ ਤੇ ਹਟਿਆ ਤੇ ਪਾਣੀ ਪਿਆ ਕੋਈ ਭੱਜਾ ਭੱਜਾ ਪਾਦਰੀ ਆਇਆ ਮੈਂ ਕਿਹਾ ਠਹਿਰ ਜੋ ਪਾਣੀ ਨਾ ਪੀਆ ਜੀ ਤੁਹਾਡੇ ਚੋਂ ਨਬੀ ਕੌਣ ਨਬੀ ਕੌਣ ਪਾਦਰੀ ਕਹਿ ਲਗਾ ਤੁਹਾਡੇ ਚੋਂ ਨਬੀ ਕੌਣ ਅਲੀ ਪਾਕ ਬੋਲੇ ਕਹਿ ਲਗੇ ਪਾਦਰੀਆ ਸਾਡੇ ਚੋਂ ਨਬੀ ਤੇ ਕੋਈ ਨਹੀਂ ਅਜੇ ਨਬੀ ਨੇ ਫਿਰ ਅਲੀ ਅਲੀ ਪਾਕ ਨੇ ਫਰਮਾਇਆ ਓਏ ਪਾਦਰੀਆ ਮੇਰਾ ਨਾਮ ਅਲੀ ਕਿਆ ਬੋਲ ਤੈਨੂੰ ਕਿਹਨੇ ਦੱਸਿਆ ਮੇਰਾ ਨਾਮ ਅਲੀ ਹੈ ਕਹਿ ਲਗਾ ਪਾਦਰੀ ਸਾਡੇ ਵੱਡਿਆਂ ਦੀਆਂ ਕਿਤਾਬਾਂ ਪੜ੍ਹੋ ਉਹਨਾਂ ਲਿਖਿਆ ਹੈ ਪੱਤਰ ਡਾਣ ਵਾਲਾ ਯਾ ਨਬੀ ਹੋਏਗਾ ਯਾ ਨਬੀ ਦਾ ਵੀਰ ਅਲੀ ਜ਼ਿਕਰ ਵਾਲ ਵੇਖੋ ਤਵੱਜੋ ਮੇਰੇ ਵੱਲ ਇੱਕ ਦਮਾ ਮਿਲ ਕੇ ਪੜ੍ਹ ਲੋ ਹਲੇ ਨਜ਼ਰ ਕੀ ਅੱਖ ਕਾ ਤਾਰਾ ਅਲੀ
Thank you.